ਇੱਕਨ ਹੋਰੀ ਸੇ ਜਗਾ ਦਾ ਪੜਨਾ ਨਹੀਂ ਸ਼ਿਮਰ ਦੀ ਲਫਾ ਨੂੰ ਮਿਸਾਲੇ ਹੋ ਪਚਰੇ ਮਰਸ ਜੈ ਖੰਜਰ ਦਾ ਖੂਨ ਸਫਾ ਕੀਤਾ ਵਾ ਮਜ਼ਲੂਮ ਦਿਲੀਸ ਦੇ ਬੇਦਰਦ ਜਹਾਂ ਤੇ ਤੂੰ ਗੁਜ਼ਰੇ ਨਹੀਂ ਸ਼ਿਮਰ ਦੀ ਲਫ਼ਾ ਨੂੰ ਮਿਸਾਲੇ ਜੈ ਖੰਜਰ ਦਾ ਖੂਨ ਸਫਾ ਕੀਤਾ ਮਜ਼ਲੂਮ ਦੀ ਰੀਸ਼ ਦੇ ਮੈਂ ਪਿਆਦਾ ਜਿਹੜਾ ਹਰ ਇੱਕ ਜ਼ਰਬ ਤੇ ਪੁੱਛਦਾ ਤੇਰਾ ਕਿੰਨ ਮਕਤੂਲ ਖਿਆਲੇ ਜੇ ਯਾਦ ਸਕੀਨਾ ਆਈ ਹੈ ਹੈ ਦੀਦਾ ਮਿਲਣ ਮਹਾਲੇ ਮੈਨੂੰ ਹੁਕਮ ਕੀਤਾ ਗਿਆ ਇਸ ਨੂੰ ਲੱਭੋ ਸਯਾਦਿਆ ਵੀ ਘੋੜਾ ਮੇਰਾ ਵੀਰ ਕਿੱਥੇ ਬਾਕਿਆ ਤੁਹਾਡੇ ਬਾਹਰ ਨਹੀਂ ਜਾਣਦੇ ਇਹ ਜ਼ਿਕਰ ਹੁਸੈਨ ਇਹ ਜਿਵੇਂ ਕੁਰਾਨ ਤਾਜ਼ਾ ਹੁੰਦਾ ਨਾ ਰੋਜ਼ ਕੁਰਾਨ ਪੜ੍ਹਦੇ ਇਹ ਜ਼ਿਕਰ ਅਹਲ ਬੈਤ ਕੁਰਾਨ ਦੁਲਿਆ ਦਾ ਕਿਰ ਦਾ ਫਰਜ਼ ਲਫ਼ਜ਼ ਦੀ ਮਿਹਨਤ ਕਰੇ ਬਾਕਿਆ ਤੁਹਾਨੂੰ ਤੁਹਾਡੇ ਬਾਹਰ ਨਹੀਂ ਜਾਣਦੇ ਮੈਂ ਲਫ਼ਜ਼ ਦੀ ਮਿਹਨਤ ਕਰਨਾ ਪਿਆ ਦਸਵੀਂ ਦੀ ਸੁਬਹ ਇਮਾਮ ਭੈਣ ਦੇ ਖਾਨੇ ਚ ਆਏ ਮੈਂ ਦੋਲਾ ਬੜੇ ਲਿਖੇ ਲੋਕਾਂ ਵਾਸਤੇ ਪੇਸ਼ ਕੀਤੀ ਜਾਵਾਂ ਸਜਾਦਾ ਦੇ ਅਮਲ ਦੀ ਜਾਈ ਅੱਜ ਦਾ ਵੀ ਦਾ ਦਿਹਾੜਾ ਮੈਂ ਨਾਨੇ ਦਾ ਦੀਨ ਬਚਾਣਾ ਅਕਬਰ ਦੇਖ ਅਬਾਰ ਦੇ ਬਾਜ਼ੂ ਦੇਖ ਆਪਣੀ ਗਰਦਨ ਤੇ ਖੁੱਡੇ ਖੰਜਰ ਦੀ ਅਜ਼ਰ ਬਚਲਵਾ ਕੇ ਮੈਂ ਨਾਨੇ ਦਾ ਦੀਨ ਬਚਾ ਲੈਣਾ ਲੇਕਿਨ ਮੈਨੂੰ ਖਤਰਾ ਹੈ ਮੈਂ ਬਾਗੀ ਮੈਂ ਸ਼ਹੂਰ ਹੋ ਵਜਣਾ ਹੈ ਪੜ੍ਹੇ ਲਿਖੇ ਲੋਕ ਸਯਾਦਿਆ ਵੀਰ ਮੇਰਾ ਨਮਾਜ਼ੀ ਤੂੰ ਨਮਾਜ਼ੀ ਕਿਵੇਂ ਮਸ਼ਹੂਰ ਹੋਣਾ ਇਮਾਮ ਫਰਮਾਨ ਮੈਨੂੰ ਨਮਾਜ਼ੀ ਤੁਸੀਂ ਮਸ਼ਹੂਰ ਕਰਾ ਸਕਦੇ ਸਯਾਦਿਆ ਦੀ ਖੁੱਲ ਕੇ ਰੱਖ ਇਮਾਮ ਫਰਮਾਨ ਨਮਾਜ਼ੀ ਜਾਈ ਦੀਨ ਬਚਾਉਣ ਵਾਸਤੇ ਅਸਾਂ ਦੋਵੇਂ ਭੈਣ ਭਰਾਵਾਂ ਨੂੰ ਅਲੱਗ ਅਲੱਗ ਮਹਾਲ ਤੇ ਜੰਗ ਲੜਨੀ ਪੋਸੀ ਸਯਾਦਿਆ ਦੀ ਭਰਾ ਦੀ ਗੱਲ ਵਿੱਚ ਬਾਪ ਆ ਕੇ ਅੱਜ ਵਾਲ ਘਬਰਾਉਂਦਾ ਕਿਉਂ ਹੈ ਜਿਹੜਾ ਹੁਕਮ ਹਾਰ ਨਹੀਂ ਮੇਰੇ ਹਵਾਲੇ ਕਰਦੇ ਦੋਸਤੋ ਵੇ ਮੇਰੇ ਹਵਾਲੇ ਕਰੋ ਸੰਸੋ ਪੁਰਾਣੇ ਅਦਾਦਾਰ ਵਿੱਚ ਬੈਠੇ ਹੋ ਇਮਾਮ ਫਰਮਾਨ ਨੂੰ ਮੰਮਾ ਦੀ ਜਾਈ ਉਹ ਖਮਹਾਸ ਤੇ ਸ਼ਾਮ ਦਾ ਸਯਦਾ ਵੀ ਬਿਰਾਦ ਗੱਲ ਚ ਬਾਪ ਆ ਕੇ ਅੱਜ ਨਗਰਾ ਸ਼ਾਮ ਜਾਣੇ ਤੇ ਜ਼ੈਨਬ ਜਾਣੇ ਕੇ ਸ਼ਾਮ ਦੀਆਂ ਦੀਵਾਰਾਂ ਤੇ ਬਾਗੀ ਦੀ ਬਜਾਏ ਮੈਂ ਨਮਾਜ਼ੀ ਨੇ ਲਿਖਾਇਆ ਮੈਨੂੰ ਬਤੂਲ ਖੀਰ ਕਿਉਂ ਪਿਵਾਇਆ ਸਯਦਾ ਦਾ ਜੇ ਗੱਲ ਅੱਜ ਦਾ ਵੀ ਜਿਹੜੇ ਹੈ ਆਪਣੀ ਫੌਜ ਹੀ ਬੰਨ ਲਓ ਸਯਦਾ ਵੀ ਅੱਜ ਮੈਨੂੰ ਕਮਜ਼ੋਰ ਸਮਝਾਈ ਮੈਂ ਅਰੀ ਦੀ ਧੀ ਹਾਂ ਤੈਨੂੰ ਜ਼ਿਆਦਾ ਤੇ ਆਪਣੀ ਮਰਜ਼ੀ ਦੇ ਸਿਪਾਹੀ ਚੋਣ ਲੈ ਸਯਦਾ ਦਾ ਜੇ ਗੱਲ ਤਗਾਦੀ ਮੇਰੇ ਹਿੱਸੇ ਦਾ ਸਯਦਾ ਵੀ ਅੱਜ ਜਗਾਦੀ ਤੇਰੇ ਹਿੱਸੇ ਤਗਾਦੀ ਦੀ ਰੁਕਈਆਂ ਭੈਣ ਮੇਰੇ ਹਿੱਸੇ ਦੀ ਜਿਹੜੀ ਲਾਹੌਰ ਆਈ ਹੋਈ ਹੈ ਜਦੋਂ ਲਾਹੌਰ ਗਏ ਕਰੋ ਸੈਨ ਦੇ ਮਜ਼ਾਰ ਤੇ ਜ਼ਰੂਰ ਲੱਗੇ ਗਏ ਕਰੋ ਸਯਦਾ ਦਾ ਅਕਬਰ ਮੇਰੇ ਹਿੱਸੇ ਦਾ ਸਯਦਾ ਦੀ ਆਦਤ ਬੀਮਾਰ ਮੇਰੇ ਹਿੱਸੇ ਦਾ ਸਯਦਾ ਦਾ ਕਾਸਿਮ ਮੇਰੇ ਹਿੱਸੇ ਦਾ ਸਯਦਾ ਦੀ ਆਦਤ ਨਾਲ ਲੁਟਵਣ ਵਾਲੀ ਕੁਬਰਾ ਮੇਰੇ ਹਿੱਸੇ ਦੀ ਸਯਦਾ ਦਾ ਅਸਗਰ ਮੇਰੇ ਹਿੱਸੇ ਦਾ ਸਯਦਾ ਦੀ ਆਦਤ ਕਲੀਆਂ ਕੋਠੀਆਂ ਚ ਰੋਲ ਕੇ ਮਰਨ ਵਾਲੀ ਸਕੀਨਾ ਮੇਰੇ ਹਿੱਸੇ ਦੀ ਬਾਬਾ ਦੋ ਮਹਾਲ ਕਰਬਲਾ ਫਤਿਹ ਹੋ ਗਿਆ ਸਯਦਾ ਜੀ ਨੇ ਦਿੱਤਾ ਬਿਰਾਦੀ ਤੇ ਨਜ਼ਰ ਨਹੀਂ ਆਇਆ ਮੇਰੇ ਪਹਿਲੇ ਜਾਓ
ਸੈਯਦਾ ਦੀਆ ਦੀ ਘੋੜਾ ਮੇਰੇ ਵੀਰ ਕਿੱਥੇ ਘੋੜੇ ਦਾ ਵਾਲ ਸਰਦਾਰ ਦਾਦੀ ਮੇਰੀ ਵੀਰ ਚੋ ਨਿਕਲ ਗਿਆ ਜ਼ਮੀਨ ਤੂੰ ਪੁੱਛ ਫਰਮਾਨ ਸਲਾਮ ਮੇਰਾ ਉਸ ਡਾਡੇ ਤੇ ਜਿਹਨੇ 53 ਮਿੰਟ ਤੱਕ ਨਜ਼ੀਮ ਤੇ ਆਈ ਨਾ ਜ਼ਮੀਨ ਤੇ ਤੀਰਾ ਤੇ ਸਵਾਰ ਆਈ ਜਿਹੜੇ ਜਿਸਮ ਚ ਨਿਕਲੇ ਨਾ ਤੀਰ ਦੂਜੇ ਪਾਸੇ ہر دور پروانے رہے میں ایک پروانے کا ذکر کر دیا ہوا میں اپنے مقصد آ جس واسطے میں آخیا گیا امام نے غربا آواز بلند کی تھا ہر دور اس پروانے رہے فوجوں کے پرلے کنارے کی ایک برات جا رہی آواز ٹکرایا معاملہ ایک مائی سنا پتر سارے سو رہا پتا کرے کون اس کی آواز علی کی آواز دی لہر یہ جوان دوڑا گھوڑا سنبھا جی گزر دوڑا آگے کیا دیکھے ایک غریب کمے تلوار تے متھا رکھی بیٹھا اسلام علیہ امام نے آخیا جوان مت کئی بندے مروائی بیٹھا میری ماں پریشان ہو گئی تیری غربت دے احساس آئے لب دے ساتھ دامنا جو سید تریت دے کیوں او حسین نے مڑی جاؤ امام نے جوان گل ہے سید آتا میں بھی غربت کو محسوس کی تھی تیرا حد تم بہ مشکورا بے خاک تے ون ناراض نہ تھی دیندا میں تکلیف سید آتا تیرے سر سے رہن سگنا والے غریب اپنا نام دسا سید جوان تو اپنا نام دسا آواز میرے نام میری ماں دے نام کمرے غریب اردو دس سید تھڈا صاحب اور کیا دے وہاں ون مان میرے سلام دے آکے پیر دے چھوٹا پتر سلام دے دے میرے چھوٹے پتر دا نام آئے جی میں پکھی نو گل لگے ٹکر مار گیا دے بان دے جل گیا تو حسین میرے نال تو سکینہ بھی آئی بیٹھی آواز کر گیا دی بابا دی رول گئی الحمدللہ بابا بڑا درد میری اپنی مرضی رو سیرا پکڑے سٹے پڑے والا مہمان اترا دے کے ہوئے آیا دوڑا مہاد ماما ٹکر ماری اما ماما نے کیوں رو دی بیٹھی غریب سلام والا پیر حسین سردار زادی زینب جنگل ہے چلو لگے اس ملنگ نے دھڑک مارا ہے چل پیرے پیر کو قربان ارے اما میرا انکار کوئی نہیں بنی نو آ واپس چلی جائے پتر ہاتھ لگ کے بنی کے معاملے تلے آ آواز کر گیا دے بچڑا بنی تیری قسمت میری قسمت میرا دل لائی تھوڑی خوشیاں ویکھا میرے پیر کا گھر برباد پہ آؤں
تن اجازت مال نوکر نال کے پھیکے لگی ون میں چون پتراں دی قسم اے پھیکے ونیا تنا مے یا لال کپڑے نال بندی معاملے کھڑی ہو گئی آوازاں دے وہاب دی او رات عرض کیتا تے میں پھیکے مول نال سا او مدینے والے سید دے میں خیمے کچھ دی وے آوازاں دے مہربانی بابا بچن دی اجازت ہر دور اس پروانے رہن بھائی جان آوازاں دے وہاب دی عورت عرض کیتا تے میں پیک کے مول نہ ویسا اور مدینے والے سیدہ دے میں خیمے کچھ دی وادی جردی و حسین دی بیوا تھئی ان دی خدمت ودی نی کرے سا میں رلے فاطمہ کبریٰ دے بد شام دی قید ایک منٹ چیک کر لو بس ایک جملہ پڑھنا ہے ہاں دیکھو بابا میں کہنا ہر دور اس پروانے رہے یہ لے آئیے پتر میں فرمانے کمر میں تو اجر گیا تو کیوں برباد ہوں لے جا بچہ لے جا بندی سجر تو بستے ہوں جب یاد آ پانی پیو تو کھڈا صاف رہا میری اصغر واسطے جا جا تیرے پتر دے نال میرا اکبر بندہ تیرے ماما کہنا لے جا پتر چٹی وال پیر کھڑے ٹکر مار کے بادشاہ ٹکر مار کے بادشاہ جو پتور دیا دیا جنگل ہے چنوں نے میرا پتر گھر بن نہیں رہا تو لیکن ہوں گے تلاز بابا پھیر کی چادر دواستے میرے بچے نے شہادت نصیب ہونا یہ اعتقاد سارا مجمع یہ اعتقاد ہی ہے بابا یہ پتر اجازت ملی اس نے کئی حملے کیتے کافی حملے کر کے واپس آ کمر تلے کے کھڑکی دے دی جلے پتر آیا وہ سلام کیتا کمر نے میں پاس منچا پھیرا گھوڑے کو لٹھا اگوا کے اما ناراض روکی روکیا جی نہیں ناراض نہ ہو جو زندہ بدلا ادے اما تیرے چٹے والوں کی قسم ہے میں تلوار مار دا میری تلوار اثر کر دی انہوں نے تلواری میرے جسم سے آندیا زخم نہیں کر دی دیکھا پتہ کر بطول دی دھی میرے واسطے دعا تو نہیں پہی من اور ایک تکا دی دنیا میرا حالہ لیا کمر دور کیا ہے کیا دیکھے نیا بیدن ابھی آلی نے سر کے قرآن رکھا ہے آواز کر کے پہی جی میرا مالا میرے میر دا آخری مہمان اگر یہ ماری آگیا تو زین میں بجھے گو ایسی الحمدللہ الحمدللہ تو دوسری نے کی دی کرو جیرے ماتم دی آتی جو تو سندھو ماتم کی تا کرو نا جیرے نہیں تو چلو نا سن کمر نے پیر نے پیر سین بیر دی گربہ دا واسطے میں سرخ لوں ہوں